ਸਵੀਡਨ ਦੀ ਇੱਕ ਕੰਪਨੀ ਫਲੇਅਰ ਨੇ ਇੱਕ ਐਸਾ ਥਰਮਲ ਕੈਮਰਾ ਤਿਆਰ ਕੀਤਾ ਹੈ ਜੋ ਹੀਟ ਦੀ ਪਿਕਚਰ ਲੈਂਦਾ ਹੈ ਅਤੇ ਵੇਸਟ ਹੋ ਰਹੀ ਐਨਰਜੀ ਬਾਰੇ ਅਤੇ ਕਿਸੇ ਚੀਜ਼ ਨੂੰ ਅੱਗ ਲੱਗਣ ਤੋਂ ਪਹਿਲਾਂ ਤੁਹਾਨੂੰ ਸੁਚੇਤ ਕਰਦਾ ਹੈ ਜੋ ਨਾਰਮਲ ਗਰਮੀ ਸਾਡੀਆਂ ਅੱਖਾਂ ਨੂੰ ਦਿਖਾਈ ਨਹੀਂ ਦਿੰਦੀ ਉਸ ਦੀ ਜਾਣਕਾਰੀ ਵੀ ਇਹ ਕੈਮਰਾ ਦਿੰਦਾ ਹੈ ਇਸ ਕੈਮਰੇ ਦੀ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਨਿਕਲ ਕੇ ਆਈ ਹੈ ਕਿ ਤੁਹਾਡੀ ਫੈਕਟਰੀ ਵਿੱਚ ਕਿਹੜਾ ਪੁਆਇੰਟ ਜ਼ਿਆਦਾ ਗਰਮ ਹੋ ਰਿਹਾ ਹੈ ਜਾਂ ਫੇਲ ਹੋ ਰਿਹਾ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਉਸ ਚੀਜ਼ ਨੂੰ ਅੱਗ ਪਕੜ ਸਕਦੀ ਹੈ ਉਸ ਦੀ ਪਹਿਲਾਂ ਹੀ ਜਾਣਕਾਰੀ ਦੇ ਦਿੰਦਾ ਹੈ ਇਹ ਪ੍ਰੋਡਕਟ ਅਗਰ ਇਸ ਪ੍ਰੋਡਕਟ ਦੀ ਕੀਮਤ ਵੱਲ ਝਾਤ ਮਾਰੀ ਜਾਵੇ ਤਾਂ ਇਹ ਪ੍ਰੋਡਕਟ ਅਲੱਗ ਅਲੱਗ ਮਾਡਲਾਂ ਵਿੱਚ 35,000 ਤੋਂ ਸ਼ੁਰੂ ਹੋ ਕੇ 1.5-2 ਲੱਖ ਰੁਪਏ ਦੀ ਕੀਮਤ ਤੱਕ ਚਲੇ ਜਾਂਦਾ ਹੈ ਇਹਨਾਂ ਵਿੱਚ ਜੋ ਸਭ ਤੋਂ ਛੋਟਾ ਮਾਡਲ ਹੈ ਉਹ ਤੁਹਾਡੇ ਮੋਬਾਈਲ ਫੋਨ ਨਾਲ ਵੀ ਅਟੈਚ ਹੋ ਸਕਦਾ ਹੈ ਆਓ ਲੈਂਦੇ ਹਾਂ ਇਸ ਪ੍ਰੋਡਕਟ ਬਾਰੇ ਸੰਖੇਪ 'ਚ ਜਾਣਕਾਰੀ ਨਵਨੀਤ ਜੀ ਕੋਲੋਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਵਨੀਤ ਹੈ ਅਤੇ ਮੈਂ ਫਲਿਰ ਕੰਪਨੀ ਜਿਹੜੀ ਕਿ ਸਵੀਡਨ ਦੀ ਕੰਪਨੀ ਹੈਗੀ ਇਹਨੂੰ ਰਿਪ੍ਰਜੈਂਟ ਕਰਦਾ ਇਸ ਕੈਮਰੇ ਦੀ ਖਾਸੀਅਤ ਇਹ ਕਿ ਇਹ ਗਰਮੀ ਦੀ ਪਿਕਚਰ ਲੈਂਦਾ ਥਰਮਲ ਕੈਮਰਾ ਮੀਨਸ ਹੀਟ ਦਾ ਪਿਕਚਰ ਅਤੇ ਅੱਜ ਦੀ ਡੇਟ ਦੇ ਵਿੱਚ ਸਾਡੀ ਇੰਡਸਟਰੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਆਪਾਂ ਐਨਰਜੀ ਨੂੰ ਸੇਵ ਕਰਨਾ ਚਾਹੁੰਦੇ ਹਾਂ ਅਸੀਂ ਫਾਇਰ ਦੇ ਰਿਸਕ ਨੂੰ ਅਵੋਇਡ ਕਰਨਾ ਚਾਹੁੰਦੇ ਹਾਂ ਅਤੇ ਨੋਰਮਲੀ ਗਰਮੀ ਸਾਡੀਆਂ ਅੱਖਾਂ ਨੂੰ ਨਹੀਂ ਦਿਖਾਈ ਦਿੰਦੀ ਅਤੇ ਇਹ ਕੈਮਰਾ ਬੇਸਿਕਲੀ ਸਾਨੂੰ ਦੱਸਦਾ ਕਿ ਕਿਹੜਾ ਪੁਆਇੰਟ ਸਾਡੀ ਇੰਡਸਟਰੀ ਦੇ ਵਿੱਚ ਗਰਮ ਹੋ ਰਿਹਾ ਅਤੇ ਉਹ ਟੂਵਰਡਸ ਫੇਲੀਅਰ ਜਾਂ ਫਿਰ ਟੂਵਰਡਸ ਫਾਇਰ ਮੂਵ ਕਰਦਾ ਪਿਆ ਅਤੇ ਗਰਮੀ ਨੂੰ ਦੇਖਣ ਵਾਸਤੇ ਆਪਾਂ ਇਹ ਟੈਕਨੋਲੋਜੀ ਨੂੰ ਯੂਜ਼ ਕਰਦੇ ਹਾਂ ਹੁਣ ਜਿਵੇਂ ਆਪਾਂ ਇੰਡਸਟਰੀ ਦੀ ਗੱਲ ਕਰਾਂਗੇ ਅਤੇ ਆਲਮੋਸਟ 1 ਸਾਲ ਪਹਿਲਾਂ ਉਹ ਤੁਹਾਨੂੰ ਦੱਸੇਗਾ ਕਿ ਤੁਹਾਡਾ ਕਿਹੜਾ ਬਿਜਲੀ ਦਾ ਕਨੈਕਸ਼ਨ ਫੇਲ ਹੋਏਗਾ ਇਹਦਾ ਐਡਵਾਂਟੇਜ ਕੀ ਹੈਗਾ ਕਿ ਆਪਾਂ ਨਿਊਜ਼ ਪੇਪਰ ਅਕਸਰ ਦੇਖਦੇ ਹਾਂ ਕਿ ਇੰਡਸਟਰੀ 'ਚ ਅੱਗ ਲੱਗ ਗਈ ਅਤੇ ਸ਼ਾਰਟ ਸਰਕਟ ਦਾ ਰੀਜ਼ਨ ਦੱਸਿਆ ਜਾਂਦਾ ਅਤੇ ਆਪਾਂ ਉਸ ਸ਼ਾਰਟ ਸਰਕਟ ਨੂੰ 1 ਸਾਲ ਪਹਿਲਾਂ ਅਵੋਇਡ ਕਰ ਸਕਦੇ ਹਾਂ ਸਿਰਫ ਦੇਖਣ ਲਈ ਅਤੇ ਇੱਕ ਇਹਦਾ ਜਿਹੜਾ ਪੇਬੈਕ ਹੈਗਾ ਇਹ ਕਰੀਬ 3-4 ਮਹੀਨੇ 'ਚ ਤੁਹਾਨੂੰ ਕੋਸਟ ਵਾਪਸ ਕਰ ਦਿੰਦਾ ਇਹਨਾਂ ਦੀ ਪਾਵਰ ਉਹ ਸੇਵ ਕਰ ਦਿੰਦਾ ਇੱਕ ਇਲੈਕਟ੍ਰੀਕਲ ਦਾ ਹੋਟਸਪੋਟ ਜਿਹੜਾ ਹੈਗਾ ਉਹ ਸਾਲ 'ਚ 25,000 ਦੀ ਬਿਜਲੀ ਐਕਸਟਰਾ ਖਾਂਦਾ ਅਤੇ ਸਾਡਾ ਜਿਹੜਾ ਐਵਰੇਜ ਪ੍ਰੋਡਕਟ ਦੀ ਕੋਸਟ ਹੈਗੀ ਹੈ ਉਹ 35,000 ਤੋਂ ਸ਼ੁਰੂ ਹੋ ਕੇ 1.5-2 ਲੱਖ ਤੱਕ ਜਾਂਦਾ ਜਿਹੜਾ ਇੰਡਸਟਰੀ ਯੂਜ਼ ਹੁੰਦਾ ਅਤੇ ਇਟ ਇਜ਼ ਵੈਰੀ ਇਕਨੋਮੀਕਲ ਜੇ ਆਪਾਂ ਰੈਗੂਲਰ ਯੂਜ਼ ਕਰੀਏ ਅਤੇ ਆਪਾਂ ਫਾਇਰ ਵਰਗੀ ਵੱਡੀ ਚੀਜ਼ ਤੋਂ ਬਚ ਸਕਦੇ ਹਾਂ ਇਹੀ ਟੈਕਨੋਲੋਜੀ ਪੰਜਾਬ ਪੁਲਿਸ ਯੂਜ਼ ਕਰਦੀ ਹੈ ਨਾਈਟ ਵਿਜ਼ਨ ਵਾਸਤੇ ਇਹੀ ਟੈਕਨੋਲੋਜੀ ਅਪੋਲੋ ਹੋਸਪਿਟਲ ਯੂਜ਼ ਕਰਦਾ ਹੈ ਮਰੀਜ਼ਾਂ ਨੂੰ ਦੇਖਣ ਵਾਸਤੇ ਕੈਂਸਰ ਡਿਟੈਕਟ ਕਰਨ ਵਾਸਤੇ ਅਤੇ ਇਹ ਟੈਕਨੋਲੋਜੀ ਦੇ ਬਹੁਤ ਵਾਈਡ ਯੂਜ਼ ਹੈਗੇ ਨੇ ਈਵਨ ਤੁਹਾਡਾ ਜਿਵੇਂ ICCPR ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਹੈ ਐਗਰੀਕਲਚਰ ਦੇ ਵਿੱਚ ਜਿਹੜਾ ਪਲਾਂਟਸ ਦੇ ਵਿੱਚ ਸਟ੍ਰੈਸ ਕ੍ਰੀਏਟ ਹੁੰਦਾ ਜਾਂ ਫਿਰ ਇਨਸੈਕਟਸ ਪੈਦਾ ਹੁੰਦੇ ਨੇ ਉਹਨੂੰ ਵੀ ਦੇਖਣ ਵਾਸਤੇ ਸੇਮ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ ਅੱਜ ਸਾਡੇ ਕੋਲ ਕਰੀਬ 6 ਮਾਡਲਸ ਹੈਗੇ ਨੇ ਅਲੱਗ ਅਲੱਗ ਟਾਈਪ ਦੇ ਸਾਡੇ ਕੋਲ ਇਹ ਇੱਕ ਮਾਡਲ ਹੈਗਾ ਜਿਹੜਾ ਕਰੀਬ 8 ਲੱਖ ਦੇ ਆਸ ਪਾਸ ਹੈਗਾ ਸਾਡੇ ਕੋਲ ਇੱਕ ਉਹ ਮਾਡਲ ਹੈ ਸੁਮਿਤ ਕੈਨ ਯੂ ਸ਼ੋ ਛੋਟੇ ਵਾਲਾ ਮਾਡਲ ਇਹ ਇੱਕ ਮਾਡਲ ਹੈ ਜਿਹੜਾ ਕਿ ਲੁਧਿਆਣਾ ਬਹੁਤ ਜਗ੍ਹਾ ਵਿਕਿਆ ਇਹ ਵਾਲਾ ਮਾਡਲ ਇਹ ਕਰੀਬ 1.5-2 ਲੱਖ ਦਾ ਮਾਡਲ ਹੈਗਾ ਅਤੇ ਇਹ ਸਾਡਾ ਛੋਟਾ ਕੈਮਰਾ ਜਿਹੜਾ ਆਪਾਂ ਬਣਾਇਆ ਸਟੂਡੈਂਟਸ ਵਾਸਤੇ ਈਵਨ ਤੁਹਾਡੇ ਤੁਸੀਂ ਘਰ ਦੇ ਵਿੱਚ ਯੂਜ਼ ਕਰ ਸਕਦੇ ਹੋ ਇਹ 35,000 ਦਾ ਹੈਗਾ ਇਟ ਇਜ਼ ਵੈਰੀ ਇਕਨੋਮੀਕਲ ਮੋਬਾਈਲ ਦੇ ਥੱਲੇ ਕਨੈਕਟ ਹੋ ਜਾਂਦਾ ਅਤੇ ਤੁਹਾਡੀ ਪੂਰੀ ਥਰਮਲ ਪਿਕਚਰ ਤੁਹਾਡੇ ਮੋਬਾਈਲ 'ਚ ਆ ਜਾਂਦੀ ਹੈ ਨੋਰਮਲ ਬੰਦੇ ਨੂੰ ਬੈਨੀਫਿਟ ਹੈਗਾ ਜਿਵੇਂ ਆਪਾਂ ਘਰ ਦੇ ਵਿੱਚ ਗੱਲ ਕਰੀਏ ਆਪਾਂ ਅੱਜ ਕੱਲ੍ਹ ਹਰ ਜਗ੍ਹਾ 'ਤੇ ਏਅਰ ਕੰਡੀਸ਼ਨਿੰਗ ਕਰਦੇ ਪਏ ਹਾਂ ਅਤੇ ਸਾਨੂੰ ਇਹ ਕਿ ਸਾਡਾ ਬਿੱਲ ਵੀ ਘੱਟ ਆਏ ਅਤੇ ਇਹ ਕੈਮਰਾ ਬੇਸਿਕਲੀ ਤੁਹਾਨੂੰ ਦੱਸੇਗਾ ਕਿ ਤੁਹਾਡੇ ਵਿੰਡੋਜ਼ ਦੇ ਵਿੱਚ ਜਾਂ ਡੋਰਸ ਦੇ ਵਿੱਚ ਲੀਕੇਜ ਕਿੱਧਰੋਂ ਹੋ ਰਹੀ ਹੈ ਹਵਾ ਦੀ ਤੁਸੀਂ ਉਹ ਦੇਖ ਸਕਦੇ ਹੋ ਤੁਹਾਡੀ ਪਾਈਪ ਅੱਜ ਕੱਲ੍ਹ ਘਰ ਦੇ ਸਲਾਬ ਆ ਜਾਂਦਾ ਸਾਨੂੰ ਪਤਾ ਨਹੀਂ ਚੱਲਦਾ ਕਿ ਪਾਣੀ ਕਿੱਧਰੋਂ ਆ ਰਿਹਾ ਇਹ ਦੱਸੇਗਾ ਕਿ ਕਿਹੜੀ ਪਾਈਪ ਤੁਹਾਡੀ ਫਟੀ ਹੈ ਅਤੇ ਕਿੱਧਰੋਂ ਫਟੀ ਹੋਈ ਹੈ ਤੁਸੀਂ ਉਹਨੂੰ ਚੈੱਕ ਕਰਕੇ ਰਿਪੇਅਰ ਕਰ ਸਕਦੇ ਹੋ ਪਾਈਪ ਲਾਈਨ ਨੂੰ ਰਿਸਪੋਂਸ ਅੱਛਾ ਹੈਗਾ ਸਰ ਕਾਫੀ ਇਨਕੁਆਇਰੀਜ਼ ਮਿਲੀਆਂ ਸਾਨੂੰ ਸਵੇਰ ਤੋਂ ਕਾਫੀ ਇਨੋਵੇਟਿਵ ਟੈਕਨੋਲੋਜੀ ਹੈਗੀ ਹੈ ਅਤੇ ਸਾਡੇ ਪ੍ਰੋਡਕਟ ਉੱਤੇ 10 ਸਾਲ ਦੀ ਵਾਰੰਟੀ ਆਉਂਦੀ ਹੈ ਇਸ ਟਾਈਪ ਦੀ ਵਾਰੰਟੀ ਇੰਡਸਟਰੀ 'ਚ ਬਹੁਤ ਘੱਟ ਲੋਕ ਦਿੰਦੇ ਨੇ ਸਰ ਇਹ 35,000 ਦਾ ਲੋਵੈਸਟ ਕੋਸਟ ਹਾਂ 35,000 ਤੋਂ ਸ਼ੁਰੂ ਹੈ ਸਰ 35,000 ਬਹੁਤ ਅਫੋਰਡੇਬਲ ਹੈ ਸਰ ਅੱਜ ਕੱਲ੍ਹ ਤਾਂ ਫੋਨ ਆਉਂਦੇ ਨੇ ਲੱਖਾਂ ਦੇ ਇਟਸ ਅ ਵੈਰੀ ਅਫੋਰਡੇਬਲ ਟੈਕਨੋਲੋਜੀ ਨਾਓ ਪਹਿਲਾਂ ਟੈਕਨੋਲੋਜੀ ਕਰੋੜਾਂ 'ਚ ਆਉਂਦੀ ਸੀ ਹੁਣ ਇਹ ਹਜ਼ਾਰਾਂ 'ਚ ਆ ਗਈ ਹੈ ਸਰ ਨਹੀਂ ਨਹੀਂ ਸਰ ਅਸੀਂ ਬਹੁਤ ਜਗ੍ਹਾ ਡਿਸਪਲੇ ਕਰਦੇ ਹਾਂ ਸਾਡਾ ਬਲਕਿ ਦਿੱਲੀ ਦੇ ਵਿੱਚ ਹਾਲੇ ਐਗਜੀਬਿਸ਼ਨ ਹੈਗੀ ਹੈ ਫਾਰਮਾਸਿਟੀਕਲ ਦੀ ਉੱਥੇ ਵੀ ਡਿਸਪਲੇ ਹੈਗਾ ਐਂਡ ਲੁਧਿਆਣਾ ਸਾਡੀ ਹੈ 4ਥੀ ਐਗਜੀਬਿਸ਼ਨ ਹੈਗੀ ਹੈ ਅਤੇ ਆਪਾਂ ਅਗਲਾ ਐਗਜੀਬਿਸ਼ਨ ਜਲੰਧਰ ਕਰਾਂਗੇ ਮਹਿਕਮਾ ਦੇ ਨਾਲ ਜਿਹੜਾ ਜਲੰਧਰ ਹੋ ਰਿਹਾ ਥੈਂਕ ਯੂ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼